ਅੱਜ ਆਏ ਜੀ ਗੁਰਦੁਆਰਾ ਮਹਿਦੇਆਣਾ ਸਾਹਿਬ ਜੋ ਜਗਰਾਵਾਂ ਦੇ ਕੋਲੇ ਸਥਿਤ ਆ। ਇਸ ਗੁਰਦੁਆਰੇ ਦੇ ਵਿੱਚ ਬੜੇ ਹੀ ਵਧੀਆ ਤਰੀਕੇ ਨਾਲ ਹਨਾ ਜਿਹੜਾ ਸਿੱਖਾਂ ਦਾ ਇਤਿਹਾਸ ਆ ਉਹ ਬਿਆਨ ਕੀਤਾ ਗਿਆ। ਦੇਖੋ ਜ਼ਕਰੀਆ ਖਾਨ ਸਿੰਘਾਂ ਦੇ ਸਿਰਾਂ ਦਾ ਮੁੱਲ ਪਾ ਰਿਹਾ ਹਨਾ। ਉਦੋਂ ਜਿਹੜੇ ਲਾਹੌਰ ਦੇ ਸੀਗੇ ਜਿਹੜੇ ਹਾਕਮ ਉਹਨਾਂ ਵੱਲੋਂ ਸ਼ਾਹੀ ਫਰਮਾਨ ਜਿਹੜੇ ਜਾਰੀ ਕੀਤੇ ਗਏ ਸੀਗੇ ਵੀ ਸਿੱਖਾਂ ਦਾ ਸਿਰ ਵੱਢ ਕੇ ਲੈ ਕੇ ਆਓ ਹਨਾ, ਜਿਹੜਾ ਵੀ ਵੱਢ ਕੇ ਲੈ ਕੇ ਆਊਗਾ ਉਹਨੂੰ ਇਨਾਮ ਦੇ ਵਜੋਂ ਮੋਤੀ ਜਵਾਹਰ ਆ ਦਿੱਤੇ ਜਾਣਗੇ ਹਨਾ। ਆਹ ਦੇਖੋ ਕੱਲੀ ਕੱਲੀ ਤਸਵੀਰ ਕਿੰਨੀ ਸੋਹਣੀ ਬਣਾਈ ਹੈ, ਬਣਾਇਆ ਤਾਰਾ ਸਿੰਘ ਆਰਟਿਸਟ ਰਾਏਕੋਟ ਨੇ। ਬਹੁਤ ਸੋਹਣਾ ਜਿਹੜਾ ਬਿਆਨ ਕੀਤਾ ਗਿਆ ਹਨਾ ਇਹਨੂੰ ਕੱਲੀ ਕੱਲੀ ਚੀਜ਼ ਨੂੰ। ਆਹ ਦੇਖੋ ਭਾਈ ਮਣੀ ਸਿੰਘ ਹਨਾ ਉਹਦਾ ਜਿਨ੍ਹਾਂ ਨੇ ਅੰਗ ਅੰਗ ਕਟਾਇਆ ਹਨਾ, ਆਹ ਦੇਖੋ ਕੱਲੀ ਕੱਲੀ ਚੀਜ਼ ਨੂੰ ਕਿਵੇਂ ਇਹਨਾਂ ਨੇ ਮੇਨਟੇਨ ਕਰਕੇ ਰੱਖਿਆ ਹੋਇਆ ਹਨਾ, ਵੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਜਿਹੜੇ ਸਾਡੇ ਗੁਰੂ ਸੀ ਹਨਾ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ। ਅਤੇ ਇਹ ਬਹੁਤ ਹੀ ਵਧੀਆ, ਤੁਸੀਂ ਵੀ ਸ਼ੇਅਰ ਕਰੋ ਤਾਂ ਜੋ ਆਪਣੇ ਗਾਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਹਾਂ ਵੀ ਕਿੰਨਾ ਸੋਹਣਾ। ਇੱਧਰ ਤੁਹਾਨੂੰ ਦਿਖਾਉਂਦੇ ਹਾਂ ਆਨੰਦਪੁਰ ਦਾ ਜਿਹੜਾ ਯੁੱਧ ਹੋਇਆ ਸੀਗਾ, ਬਹੁਤ ਹੀ ਘਮਸਾਨ ਯੁੱਧ ਸੀਗਾ। ਦੇਖੋ ਉਵੇਂ ਕੱਲੀ ਕੱਲੀ ਹੈ ਨਾ ਚੀਜ਼ ਮੂਰਤੀ, ਕੱਲੀ ਕੱਲੀ ਐਂ ਲੱਗਦਾ ਬਸ ਜਿਵੇਂ ਘਮਸਾਨ ਯੁੱਧ ਚੱਲੀ ਜਾਂਦਾ ਹੁੰਦਾ, ਕੱਲੀ ਜਾਨ ਪਾਉਣ ਵਾਲੀ ਰਹਿ ਗਈ। ਆਹ ਦੇਖੋ ਭਾਈ ਘਨੱਈਆ ਸਿੰਘ ਜਿਨ੍ਹਾਂ ਨੇ ਇਹ ਨਹੀਂ ਦੇਖਿਆ ਸੀ ਦੁਸ਼ਮਣ ਕੌਣ ਅਤੇ ਮਿੱਤਰ ਕੌਣ ਹਨਾ। ਜੰਗ ਦੇ ਮੈਦਾਨ ਵਿੱਚ ਮੋਢੇ 'ਚ ਮਸ਼ਕ ਪਾਈ, ਸਿੱਖ ਦਸ਼ਮੇਸ਼ ਦਾ ਨਜ਼ਰ ਜੋ ਆ ਰਿਹਾ। ਆਹ ਦੇਖੋ ਇਹ ਸੀਗਾ ਭਾਈ ਘਨੱਈਆ ਸਿੰਘ ਜਿਨ੍ਹਾਂ ਨੇ ਇਹ ਨਹੀਂ ਦੇਖਿਆ ਦੁਸ਼ਮਣ ਕੌਣ, ਮਿੱਤਰ ਕੌਣ, ਸੱਜਣ ਕੌਣ, ਅਤੇ ਸਾਰਿਆਂ ਨੂੰ ਪਾਣੀ ਪਿਆ ਰਿਹਾ ਸੀਗਾ ਹਨਾ। ਆਹ ਦੇਖੋ ਕੱਲੀ ਕੱਲੀ ਤਸਵੀਰ ਜਿਹੜੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਸਹੀ ਤਰੀਕੇ ਨਾਲ ਮਤਲਬ ਬਣਾਈ ਹੋਈ ਆ। ਅਤੇ ਆਹ ਦੇਖੋ ਤੋਫ, ਅਤੇ ਆਹ ਤੋਫ ਦੇ ਨਾਲ ਤੁਹਾਨੂੰ ਗੋਲੇ ਦਿਖਾਉਣੇ ਪਏ। ਆਹ ਦੇਖੋ ਅਤੇ ਇਹ ਬਾਈ ਜੀ ਬਹੁਤ ਹੀ ਸੋਹਣਾ ਜਿਹੜਾ ਆਪਣਾ ਇਤਿਹਾਸ ਹਨਾ ਉਹਨਾਂ ਨੇ ਇੱਥੇ ਮੇਨਟੇਨ ਕਰ ਰੱਖਿਆ। ਆਹ ਤੁਹਾਨੂੰ ਇੱਧਰ ਦਿਖਾਉਣੇ ਆ, ਇਹ ਸੀਗਾ ਜੀ ਖਦਰਾਣੇ ਦੀ ਢਾਬ ਦਾ ਤੁਹਾਨੂੰ ਜਿਹੜਾ ਯੁੱਧ ਦਿਖਾਉਣੇ ਆ, ਜਿਹਨੂੰ ਮੁਕਤਸਰ ਦਾ ਯੁੱਧ ਵੀ ਕਿਹਾ ਜਾਂਦਾ। ਇਹ ਸੀਗਾ ਜੋ ਸਿੰਘ ਸੂਰਮਿਆਂ ਨਾ ਧੂੜ ਪੈਣ ਦਿੱਤੀ ਸਿੱਖੀ ਧਰਮ ਅਤੇ ਅਣਖ ਦੀ ਤਾਬ ਉੱਤੇ ਅਣਗਹਿਣਤੀ ਦੁਸ਼ਮਣਾਂ ਝੱਟ ਮਾਰੀ। ਦੇਖੋ ਕੱਲਾ ਕੱਲਾ ਦਸ਼ਮੇਰ ਦਾ ਵੀਰ ਬਾਂਕਾ ਪੂਰੀ ਸਦਕ 'ਚ ਤੱਕੜੀ ਤੁਲਿਆ। ਅਤੇ ਵੇਖੋ ਵੀ ਜੰਗ ਦੇ ਲਾਸ਼ 'ਤੇ ਲਾਸ਼ ਚੜ੍ਹ ਗਈ ਅਤੇ ਐਸਾ ਮੈਦਾਨ ਵਿੱਚ ਝੁੱਲਿਆ। ਇਹ ਸੀਗਾ ਜੀ ਜਦੋਂ ਖਦਰਾਣੇ ਦੀ ਯੁੱਧ ਜਦੋਂ ਹੋਇਆ ਸੀਗਾ ਉੱਥੇ, ਅਤੇ ਝਬਾਲ ਦੀ ਸੀਗੀ ਮਾਈ ਭਾਗੋ ਹੈ ਨਾ ਪਿੰਡ ਦੀ। ਅਤੇ ਆਹ ਦੇਖੋ ਬਹੁਤ ਹੀ ਜ਼ਿਆਦਾ ਤਕੜਾ ਘਮਸਾਨ ਯੁੱਧ ਹੋਇਆ ਸੀਗਾ। ਉਵੇਂ ਮਾਝੇ ਦੇ ਵਿੱਚ ਝਬਾਲ ਪਿੰਡ ਵਿੱਚ ਰਹਿਣ ਵਾਲੀ ਧੰਨ ਧੰਨ ਹੈ ਭਾਗੋ ਮਹਾਨ ਮਾਤਾ, ਕਰੀ ਜਾਂਦੀ ਡੱਕਰੇ ਦੁਸ਼ਮਣਾਂ ਦੇ, ਰੱਖੀ ਤਲੀ 'ਤੇ ਆਪਣੀ ਜਾਨ ਮਾਤਾ, ਮੁਕਤਸਰ ਰਣ ਭੂਮੀ ਵਿੱਚ ਜੂਝਦੀ ਹੈ ਪਾਈ ਜਾਂਦੀ ਵੇਖੋ ਘਮਸਾਨ ਮਾਤਾ। ਆਹ ਦੇਖੋ ਅੱਜ ਕੱਲ੍ਹ ਦੀਆਂ ਕੁੜੀਆਂ ਟਿੱਕਟੋਕ 'ਤੇ ਹੈ ਨਾ ਨੈੱਟ 'ਤੇ ਕੀ ਕੁਝ ਕਰੀ ਜਾਂਦੀਆਂ, ਅਤੇ ਵੇਖ ਲਓ ਹੈ ਨਾ ਉਦੋਂ ਵਾਲਾ ਸਮਾਂ ਅਤੇ ਹੁਣ ਵਾਲਾ ਸਮਾਂ ਦੇਖ ਲਓ ਹੈ ਨਾ, ਅਤੇ ਕਿੰਨਾ ਇਹ ਵੇਲਾ ਆਪਣੇ ਲਈ ਕੁਰਬਾਨੀਆਂ ਦੇ ਗਏ ਹੈ ਨਾ। ਅਤੇ ਦੱਸੋ ਵੀ ਕਿੰਨੀਆਂ ਸੋਹਣੀਆਂ ਤਸਵੀਰਾਂ ਜਿਹੜੀਆਂ ਇਹ ਬਣਾਈਆਂ ਹੋਈਆਂ, ਇਹਨਾਂ ਨੂੰ ਵੇਖ ਕੇ ਬਹੁਤ ਜ਼ਿਆਦਾ ਫਰਕ ਪੈਂਦਾ ਆਪਾਂ ਨੂੰ ਦੇਖਣ 'ਚ। ਹਾਂ ਯਾਰ ਵੀ ਸਾਡੇ ਜਿਹੜੇ ਸੀਗੇ ਗੁਰੂ ਮਹਾਰਾਜ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ। ਦੇਖੋ ਭਾਈ ਮਹਾਂ ਸਿੰਘ ਜਿਨ੍ਹਾਂ ਨੇ ਅਖੀਰ 'ਤੇ ਕਹਿਤਾ ਸੀਗਾ ਵੀ ਮੇਰਾ ਕਾਗਜ਼ ਬਦਾਵੇ ਵਾਲਾ ਜਿਹੜਾ ਪਾੜ ਦਿਓ ਵੀ ਮੈਂ ਤੁਹਾਡੇ ਲਈ ਜਿਹੜਾ ਆਪਣਾ ਸ਼ਹੀਦ ਹੋ ਗਿਆ। ਆਹ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਇਹ ਕਿਸੇ ਨੇ ਵੀਰ ਨੇ ਬਣਾਇਆ। ਜਿਹੜੀ ਸਭ ਤੋਂ ਵੱਡੀ ਕੁਰਬਾਨੀ ਤੁਹਾਨੂੰ ਦਿਖਾਉਣੀ ਆ ਜੀ, ਆਹ ਸੀਗਾ ਸ਼ਹੀਦ ਭਾਈ ਜੈ ਸਿੰਘ ਜਿਹੜਾ ਸੀਗਾ ਅਬਦੁਲ ਸਬੱਤ ਖਾਨ, ਅਬਦੁਲ ਸਬੱਤ ਖਾਨ ਨੇ ਕਿਹਾ ਸੀਗਾ ਵੀ ਜਿਹੜਾ ਆਹ ਤੁਹਾਨੂੰ ਦੱਸ ਰਹੀ ਹਾਂ ਨਾਲ ਪੰਡ ਪਈ ਹੈ, ਇਹ 'ਚ ਹੋਕਾ ਸੀਗਾ ਵੀ ਕਹਿੰਦਾ ਸੀਗਾ ਇਹ ਚੱਕ ਕੇ 5-6 ਕੋਹ ਅਤੇ ਤੂੰ ਛੱਡਿਆ। ਪਰ ਜੈ ਸਿੰਘ ਨੇ ਕਿਹਾ ਜੀ ਸਾਡੇ ਗੁਰੂ ਨੇ ਇਹ ਨਹੀਂ ਕਿਹਾ ਵੀ ਅਸੀਂ ਜਿਹੜਾ ਨਸ਼ਾ ਇਸਦੀ ਤਸਕਰੀ ਨਹੀਂ ਕਰਨੀ। ਵੇਖ ਲਓ ਵੀ ਉਹਨਾਂ ਨੇ ਮੋਚੀ ਪੁੱਠਾ ਲਮਕਾ ਕੇ ਜੈ ਸਿੰਘ ਨੂੰ ਮੋਚੀਆਂ ਤੋਂ ਪੈਰਾਂ ਤੋਂ ਲੈ ਕੇ ਸਿਰ ਤੱਕ ਖੱਲ ਲਵਾ ਦਿੱਤੀ ਸੀਗੀ। ਸਲਾਮ ਆ ਸਲਾਮ ਆ। ਇੱਧਰ ਦੇਖੋ ਜੀ ਜਦੋਂ ਆ ਭਗਤ ਸਿੰਘ ਨੂੰ ਜਦੋਂ ਅਖੀਰਲੇ ਸਮੇਂ 'ਤੇ ਫਾਂਸੀ ਦੇਣੀ ਸੀ, ਅਖੀਰਲਾ ਸਮਾਂ ਹੈ ਨਾ, ਮੁੱਖ ਦੇਖੋ ਦਗ ਦਗ ਕਰਦਾ, ਉਹਨੂੰ ਆਏ ਨਹੀਂ ਸੀਗਾ ਵੀ ਮੈਂ ਮਤਲਬ ਮੈਨੂੰ ਫਾਂਸੀ ਹੋ ਜਾਣੀ ਆ ਅਤੇ ਮੈਂ ਕੱਲ੍ਹ ਨੂੰ ਸ਼ਹੀਦ ਹੋ ਜਾਣਾ। ਉਹਨੂੰ ਐਂ ਸੀਗਾ ਵੀ ਮੈਂ ਚਲੋ ਮੈਂ ਕੁਛ ਕਰ ਚੱਲਿਆ, ਆਪਣੇ ਦੇਸ਼ ਲਈ ਕਰ ਚੱਲਿਆ ਹੈ ਨਾ। ਸਲੂਟ ਆ ਉਹਨਾਂ ਯੋਧਿਆਂ ਨੂੰ, ਸਲਾਮ ਉਹਨਾਂ ਯੋਧਿਆਂ ਨੂੰ। ਅੱਜ ਕੱਲ੍ਹ ਤਾਂ ਦੱਸੋ ਲੋਕ ਪੈਸੇ ਪਿੱਛੇ ਵਿਕ ਜਾਂਦੇ ਆ। ਕਿੱਡੀਆਂ ਸੋਹਣੀਆਂ ਨਾ ਤਸਵੀਰਾਂ ਬਣਾਈਆਂ ਜਿਹੜੀਆਂ ਮੂੰਹੋਂ ਬੋਲਦੀਆਂ, ਬਾਕਮਾਲ ਚੀਜ਼ਾਂ ਬਣਾਈਆਂ, ਬਾਕਮਾਲ। ਆਹ ਦੇਖੋ ਸਾਰਾ ਇਹਨੂੰ ਸ਼ੇਅਰ ਕਰੋ ਤਾਂ ਜੋ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਹਾਂ ਸਾਡੇ ਜਿਹੜੇ ਗੁਰੂ ਸੀਗੇ ਉਹਨਾਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਨਾ। ਕਿੱਡਾ ਸੋਹਣਾ ਦੇਖੋ ਪੀਰ ਬੁੱਧੂ ਸ਼ਾਹ ਜਦੋਂ ਪਹਾੜੀ ਰਾਜਿਆਂ ਨੇ ਜਿਹੜੇ 500 ਪਠਾਨਾਂ ਵਿੱਚੋਂ 400 ਪਠਾਨਾਂ ਨੂੰ ਮਤਲਬ ਆਪਦੇ ਪਾਸੇ ਕਰ ਲਿਆ ਸੀ ਰਿਸ਼ਵਤ ਦੇ ਕੇ ਜਾਂ ਕਿਸੇ ਵੀ ਤਰ੍ਹਾਂ, ਉਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਿਆ ਅਤੇ ਉਹ ਆਪਣੇ 2 ਭਰਾ ਅਤੇ 4 ਆਪਣੇ ਪੁੱਤ ਅਤੇ 700 ਮਰੀਦ ਲੈ ਕੇ ਗੁਰੂ ਗੋਬਿੰਦ ਸਿੰਘ ਕੋਲ ਚਲੇ ਗਏ ਸੀ ਵੀ ਆਹ ਤੁਹਾਡੇ ਨਾਲ ਲੜਨ ਲਈ ਤਿਆਰ ਹਾਂ। ਦੇਖੋ ਕਿੰਨਾ ਉਦੋਂ ਪਿਆਰ ਹੁੰਦਾ ਸੀ, ਕਿੰਨਾ ਉਦੋਂ ਏਕਾ ਹੁੰਦਾ ਸੀਗਾ।
ਆ ਤੁਹਾਨੂੰ ਦਿਖਾਉਣੇ ਆ ਵੀ ਜਿਹੜੀ ਭਾਈ ਦਿਆਲਾ ਸਿੰਘ ਜੀ ਨੌਵੇਂ ਗੁਰੂ ਦਾ ਸਿੱਖ ਜੋ ਭਾਈ ਦਿਆਲਾ ਵੇਖੋ ਬੁੱਧੀ ਦੇਗ ਵਿੱਚ ਕੜੀ ਜਾਂਦਾ ਨੇਤ ਖੁੱਲੇ ਤੇ ਫਰਕ ਦੇ ਬੁੱਲ ਦੋਵੇਂ ਬਸ ਤੁਕਾਂ ਹੈ ਬਾਣੀ ਦੀਆਂ ਪੜੀ ਜਾਂਦਾ ਪਿਆਰੇ ਸਿੱਖ ਨੂੰ ਠੰਡ ਮਹਿਸੂਸ ਹੁੰਦੀ ਭਾਵੇਂ ਜਾਲਮਾਂ ਦਾ ਸੀਨਾ ਸੜੀ ਜਾਂਦਾ ਜਿਵੇਂ ਜਿਵੇਂ ਬੀਲਿਆ ਅੱਗ ਬਲਦੀ ਰੰਗ ਸਿੱਖੀ ਦਾ ਹੋਰ ਵੀ ਚੜੀ ਜਾਂਦਾ। ਆ ਦੇਖੋ ਭਾਈ ਦਿਆਲਾ ਸਿੰਘ ਨੂੰ ਉੱਬਲਦੀ ਦੇਗ ਦੇ ਵਿੱਚ ਹਨਾ ਇਹਨਾਂ ਨੇ ਮਤਲਬ ਕਿੰਨੇ ਜ਼ੁਲਮ ਹੋਏ ਸੀਗੇ ਵਿੱਚ ਉਹਨਾਂ ਨੂੰ ਕੜਿਆ ਸੀਗਾ ਪਰ ਉਹ ਫਿਰ ਵੀ ਸਿੱਖੀ ਤੋਂ ਡੋਲੇ ਨਹੀਂ ਗਏ ਹਨਾ ਕਿੰਨਾ ਜ਼ਿਆਦੇ ਤਸ਼ੱਦਦ ਹੋਇਆ ਕਿੰਨਾ ਜ਼ਿਆਦੇ ਹਨਾ ਇਹਨਾਂ ਨਾਲ ਜ਼ੁਲਮ ਹੋਇਆ ਪਰ ਜਿਹੜੇ ਸੀਗੇ ਸਿੱਖ ਪਿੱਛੇ ਨਹੀਂ ਹਟੇ। ਆ ਸਾਈ ਮੀਆਂ ਮੀਰ ਜੀ ਨੇ ਦੇਖੋ ਪੰਜਵੇਂ ਗੁਰੂ ਦਾ ਕੀਤਾ ਦਾਰ ਇਸ ਨੇ ਇਕੱਲੇ ਮੋਹਣੇ ਦਾ ਨਹੀਂ ਪੀਰ ਬਾਬਾ ਰੱਬੀ ਰੰਗ ਹੈ ਵਿੱਚ ਰੰਗਿਆ ਮਹਾਂ ਦਰਵੇਸ਼ ਹੈ ਪੀਰ ਬਾਬਾ ਹੱਥੀ ਆਪਣੇ ਹੱਥੀ ਮੰਦਿਰ ਦੀ ਨੀਂਹ ਰੱਖੀ ਅੱਲਾ ਪਾਕ ਦੀ ਸਾਵੀਂ ਤਸਵੀਰ ਬਾਬਾ ਜੋਰਾ ਸਿੰਘ ਜੀ ਕਹੇ ਤੂਫਾਨ ਬੀਲਾ ਧੰਨ ਧੰਨ ਸਾਈ ਮੀਰ ਬਾਬਾ। ਇਹਨਾਂ ਨੇ ਆਪਣੇ ਹੱਥੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀਗੀ ਸਾਈ ਮੀਆਂ ਮੀਰ ਜੀ। ਦੇਖੋ ਕੱਲੀ ਕੱਲੀ ਤਸਵੀਰ ਨੂੰ ਕਿੰਨਾ ਸੋਹਣਾ ਹਨਾ ਬਣਾਇਆ ਹੋਇਆ ਇੰਝ ਲੱਗਦਾ ਵੀ ਸੱਚੀ ਮੁੱਚੀ ਬਸ ਵੀ ਉਹੀ ਕਿੱਸਾ ਆਪਣੇ ਸਾਹਮਣੇ ਆ ਗਿਆ ਹੁੰਦਾ ਹਨਾ। ਆ ਦੇਖੋ ਆ ਜਿਹੜਾ ਸਰਹੰਦ ਦਾ ਕਿਹੜਾ ਤੁਹਾਨੂੰ ਦੱਸ ਰਿਹਾ ਤੁਹਾਨੂੰ ਦਿਖਾਉਣੇ ਅੱਗੇ ਵੀ ਕਿਵੇਂ ਕਿਵੇਂ ਜਿਹੜਾ ਮਤਲਬ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਤੇ ਮਾਤਾ ਗੁਜਰੀ ਨੂੰ ਹਨਾ ਠੰਡੇ ਬੁਰ ਦੇ ਵਿੱਚ ਰੱਖਿਆ ਗਿਆ ਸਾਰੀਆਂ ਇਕੱਲੀਆਂ ਇਕੱਲੀਆਂ ਤਸਵੀਰਾਂ ਬਾਈ ਜੀ ਬੋਲਦੀਆਂ। ਆ ਦੇਖੋ ਠੰਡੇ ਬੁਰ ਦੇ ਵਿੱਚ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਰੱਖਿਆ ਗਿਆ। ਆ ਦੇਖੋ ਉਹਨਾਂ ਨੂੰ ਕਿਹਾ ਸੀਗਾ ਤੁਸੀਂ ਧਰਮ ਆਪਦਾ ਕਬੂਲ ਕਰ ਲਓ ਜਿਹੜਾ ਅਸੀਂ ਤੁਹਾਨੂੰ ਕਹਿ ਰਹੇ ਹਾਂ ਤੇ ਪਰ ਨਹੀਂ। ਆ ਦੇਖੋ ਇੱਧਰ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਤਾਂ ਉਹਨਾਂ ਨੇ ਫਿਰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿ ਕੇ ਫਤਿਹ ਬੁਲਾਈ ਤੇ ਪਰ ਉਹਨਾਂ ਨੇ ਆਪਣਾ ਜਿਹੜਾ ਸਿੱਖੀ ਨਹੀਂ ਛੱਡੀ। ਆ ਦੇਖੋ ਕਿੰਨੇ ਜ਼ੋਰ ਦੇ ਨਾਲ ਤੇ ਕਿੰਨੇ ਜੋਸ਼ ਦੇ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਆਪਦੀ ਸਿੱਖੀ ਨਹੀਂ ਛੱਡਣੀ ਸਾਡਾ ਭਾਵੇਂ ਤੁਸੀਂ ਅੰਗ ਅੰਗ ਕੱਟ ਦਿਓ। ਆ ਦੇਖੋ ਕਿੱਡੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਹੋਈਆਂ ਹਨਾ ਜਿਹੜਾ ਇਹ ਮਹਿਦੇਆਣਾ ਗੁਰਦੁਆਰਾ ਉੱਥੇ ਬਣੀਆਂ ਹੋਈਆਂ ਜਗਰਾਵੀ। ਆ ਦੇਖੋ ਆ ਜਦੋਂ ਮਤਲਬ ਉਹਨਾਂ ਨੂੰ ਨੀਆਂ ਦੇ ਵਿੱਚ ਚਿਣਿਆ ਜਾਂਦਾ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਆ ਦੇਖੋ ਉਦੋਂ ਦੀਆਂ ਤਸਵੀਰਾਂ ਤੇ ਜਦੋਂ ਆ ਵੇਖੋ ਮੋਤੀ ਮਹਿਰੇ ਨੇ ਦੱਸਿਆ ਬੱਚਿਆਂ ਵੀ ਮਾਤਾ ਗੁਜਰੀ ਨੂੰ ਆ ਕੇ ਵੀ ਜਿਹੜੇ ਆਪਣੇ ਲਾਲ ਸੀਗੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹਨਾ ਮੋਤੀ ਮਹਿਰੇ ਨੇ ਲਾਲਾਂ ਦੀ ਖਬਰ ਦਿੱਤੀ ਗਏ ਪੋਤਰੇ ਸਾਸ ਤਿਆਗ ਮਾਤਾ। ਦੇਖੋ ਇਕੱਲੀਆਂ ਇਕੱਲੀਆਂ ਤਸਵੀਰਾਂ ਹਨਾ ਬਹੁਤ ਹੀ ਜ਼ਿਆਦਾ ਜਿਹੜਾ ਆਪਣਾ ਇਤਿਹਾਸ ਸੀਗਾ ਬਹੁਤ ਵਧੀਆ ਇੱਥੇ ਵਧੀਆ ਤਰੀਕੇ ਦੇ ਨਾਲ ਹਨਾ ਇੱਥੇ ਫਿਲਮਾਇਆ ਗਿਆ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਇਕੱਲੀ ਇਕੱਲੀ ਚੀਜ਼ ਨੂੰ ਇੱਥੇ ਬਣਾਇਆ ਗਿਆ ਹੈ। ਅਤੇ ਆਹ ਦੇਖੋ ਸਲਾਮ ਆ ਸਲਾਮ ਆ ਸ਼ਹੀਦ ਮਤੀ ਦਾਸ ਜੀ ਨੂੰ ਕਿੰਨੀ ਦੇਖੋ ਹਨਾ ਕੁਰਬਾਨੀ ਜਿਹੜੀ ਕੀਤੀ ਉਹਨਾਂ ਨੇ ਤੇਰੀ ਕੁਰਬਾਨੀ ਕਦੇ ਭੁੱਲਣੀ ਨਹੀਂ ਨਾ ਮਤੀ ਦਾਸ ਚਮਕ ਗਿਆ ਸਦਾ ਸਿੱਖ ਕੌਮ ਦੇ ਆ। ਵਾਹ ਜੀ ਸਲਾਮ ਆ ਯਾਰ ਆ ਦੇਖੋ ਆਪਣੇ ਝਰੀਟ ਵੀ ਆ ਜੇ ਹਨਾ ਆਪਾਂ ਉਦੋਂ ਹੀ ਕਹਿ ਦਿੰਦੇ ਹਾਂ ਚਲੋ ਛੱਡੋ ਐਂ ਨਹੀਂ ਤਾਂ ਐਂ ਸਹੀ। ਦੇਖੋ ਵਿਚਾਲਿਓ ਟੁਕੜੇ ਕਰਤੇ ਹਨਾ ਵਿਚਾਲਿਓ ਚੀਰ ਦਿੱਤਾ ਗਿਆ ਪਰ ਫਿਰ ਵੀ ਨਹੀਂ ਉਹਨਾਂ ਨੇ ਆਪਣਾ ਜਿਹੜਾ ਮਤਲਬ ਸਿੱਖੀ ਨਹੀਂ ਛੱਡੀ ਹਨਾ। ਦੇਖੋ ਬਹੁਤ ਸੋਹਣਾ ਗੁਰਦੁਆਰਾ ਬਣਾਇਆ ਵੇਖੋ ਦੂਰ ਤੱਕ ਇਕੱਲੀ ਇਕੱਲੀ ਚੀਜ਼ ਹਨਾ ਸਿੱਖ ਜਿਹੜੀ ਸਿੱਖ ਕੌਮ ਦਾ ਇਤਿਹਾਸ ਆ ਇਕੱਲਾ ਇਕੱਲਾ ਇਸ ਦੇ ਵਿੱਚ ਬਾਈ ਜੀ ਜੋੜਿਆ ਗਿਆ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ। ਅਤੇ ਆਹ ਦੇਖੋ ਜਦੋਂ ਮਤਲਬ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਦੇ ਵਿੱਚ ਆਪਣਾ ਝੋਲੀਆਂ ਦੇ ਵਿੱਚ ਟੋਟੇ ਪਾਏ ਮੀਆਂ ਜਿਹੜਾ ਮੀਰ ਮੰਨੂ ਅਤੇ ਜੁਰਮਾਂ ਦਾ ਦੇਖੋ ਜਿਹੜਾ ਕਿੱਸਾ ਇਹਨਾਂ ਦਿਖਾਇਆ ਗਿਆ ਪਰ ਟੋਟੇ ਪਾਏ ਮਾਵਾਂ ਦੇ ਝੋਲੀਆਂ ਵਿੱਚ ਪਰ ਸਿੰਘਣੀਆਂ ਸਦਕ ਤੋਂ ਨਹੀਂ ਡੋਲੀਆਂ ਬਹੁਤ ਹੀ ਜ਼ਿਆਦਾ ਹਨਾ ਜਿਹੜਾ ਜ਼ੁਲਮ ਹੋਇਆ ਸੀਗਾ ਇਹ ਤਾਂ ਆਪਣਾ ਤਾਂ ਦੱਸ ਰਿਹਾ ਵੀ ਆਪਣੇ ਆਉਣ ਵਾਲੇ ਬੱਚਿਆਂ ਨੂੰ ਪੀੜ੍ਹੀ ਨੂੰ ਪਤਾ ਲੱਗ ਸਕੇ ਵੀ ਹਾਂ ਆਹ ਚੀਜ਼ਾਂ ਹੋਈਆਂ ਸੀਗੀਆਂ। ਦੇਖੋ ਇਹ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਅੱਗੇ ਵੀ ਪਤਾ ਲੱਗ ਸਕੇ ਲੋਕ ਹੋਰ ਇੱਥੇ